ਅੱਜ ਜਿਹੜੀਆਂ ਕੁਛ ਪੰਜਾਬ ਨਾਲ ਮੰਗਾਂ ਭਗਤ ਦੀਆਂ ਮੰਗਾਂ 'ਤੇ ਅਸੀਂ ਮਸਲਾ ਮੋਰਚਾ ਲਾਇਆ। ਕੁਛ ਗੱਲਾਂ ਇਹ ਨੇ ਵੀ ਜਿਹੜੀਆਂ ਕੇਂਦਰ ਸਰਕਾਰ ਤੋਂ ਦੇ ਹੱਕ ਵੱਸ ਨੇ, ਅਸੀਂ ਪੰਜਾਬ ਸਰਕਾਰ ਤੋਂ ਸਿਫਾਰਸ਼ ਕਰਾ ਕੇ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਹ ਵਾਪਸ ਲੈਣ। ਉਹਨਾਂ ਦੀਆਂ ਮੰਗਾਂ 'ਤੇ ਅਸੀਂ ਆਏ ਹਾਂ। ਇੱਧਰ ਮੁੱਖ ਤੌਰ 'ਤੇ ਹੈਗੀ ਹੈ ਜਿਹੜੀ ਪਹਿਲਾਂ ਚੁੱਪ ਝੋਨੇ 'ਚ ਪਰਾਲੀ ਵਾਲਾ ਮਸਲਾ ਬਹੁਤ ਬੜਾ ਮਗਦਾ ਮਸਲਾ ਹੈ ਜੀ। ਉਹਦੇ ਹਰ ਵਾਰ ਤੁਸੀਂ ਕੋਈ ਸਰਕਾਰ ਤੋਂ ਨਾ ਕੇਂਦਰ ਤੋਂ ਨਾ ਪੰਜਾਬ ਸਰਕਾਰ ਤੋਂ ਉਹਦਾ ਹੀਲਾ ਕੋਈ ਹੁੰਦਾ ਨਹੀਂ ਅਤੇ ਕਿਸਾਨਾਂ 'ਤੇ ਕਸ ਚਾੜਨ ਦੀ ਕੋਸ਼ਿਸ਼ ਕਰਦੇ ਹੋ, ਇਹ ਚੀਜ਼ ਹੈ। ਪਹਿਲੀ ਤਾਂ ਗੱਲ ਇਹ ਸੀ। ਦੂਜਾ ਆਪਣੀ ਮਾਈਨਿੰਗ ਵਾਲਾ ਮਸਲਾ ਹੈ, ਜ਼ਮੀਨਾਂ 'ਚ ਮਿੱਟੀ ਚੱਕ ਕੇ ਜਿਹੜੀ ਆਪਣੇ ਜ਼ਮੀਨਾਂ 'ਚ ਲੋਕ ਪਾਉਂਦੇ ਨੇ ਕਿਸਾਨ, ਅਤੇ ਉਹਨੂੰ ਜਦੋਂ ਆਪਦੇ ਖੇਤ ਤੋਂ ਕੋਈ ਮਿੱਟੀ ਚੱਕਦਾ ਉਹਨੂੰ ਮਾਈਨਿੰਗ ਨਹੀਂ ਮੰਨਣਾ ਚਾਹੀਦਾ। ਇਹ ਠੀਕ ਸਾਡਾ ਹੈਗਾ। ਤੀਜੀ ਹੈਗੀ ਭਾਰਤਮਾਲਾ ਪ੍ਰੋਜੈਕਟ ਵਾਲੀ ਜਿਹੜੀ ਚੱਲਦੀ ਹੈ, ਚਾਰ ਪੰਜ ਥਾਵਾਂ 'ਤੇ ਸਾਡੇ ਮੋਰਚੇ ਲੱਗੇ ਹੋਏ ਨੇ, ਉਹ ਮਸਲਾ। ਅਤੇ ਚੌਥਾ ਆਪਣਾ ਜ਼ੀਰੇ ਫੈਕਟਰੀ ਵਾਲਾ, ਪ੍ਰਦੂਸ਼ਣ ਵਾਲਾ ਮਸਲਾ। ਇਹ ਪੰਜ ਛੇ ਮੰਗਾਂ ਦੇ ਉੱਤੇ ਰਹਿ ਕੇ ਫਿਰ ਅੱਜ ਕੱਲ੍ਹ ਮੁੱਖ ਮੰਤਰੀ ਸਾਹਿਬ ਨਾਲ ਪਰਸੋਂ ਮੀਟਿੰਗ ਕੀਤੀ ਸੀ। ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਸੀ ਵੀ ਅਸੀਂ ਇਹ ਸਾਰੀਆਂ ਚੀਜ਼ਾਂ ਸੋਲਵ ਕਰਾਂਗੇ। ਪਰ ਅਫਸੋਸ ਇਹ ਹੈ ਵੀ ਸੋਲਵ ਕਹਿ ਲੈਣ ਨਾਲ ਸੋਲਵ ਤਾਂ ਹੁੰਦੀਆਂ। ਆਹ ਮਾਈਨਿੰਗ ਵਾਲਾ ਤਾਂ ਕੱਲ੍ਹ ਹੀ ਨਾਮ ਦੇ ਵਿੱਚ ਮਾਈਨਿੰਗ ਵਾਲਿਆਂ ਨੇ ਜਾ ਕੇ ਪਰਚੇ ਪਾਉਣ 'ਤੇ ਲਈ ਹੋ ਕੇ ਵਾਪਸ ਕਰਵਾਏ। ਯਾਨੀ ਜੋ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ, ਜਿਹੜੀਆਂ ਗੱਲਾਂ ਕਹਿ ਦਿੰਦੇ ਨੇ, ਮੰਨ ਜਾਂਦੇ ਨੇ ਬਹੁਤ ਛੇਤੀ, ਹੋ ਸਕਦਾ ਉਹਨਾਂ ਦੀ ਅੰਦਰਲੀ ਭਾਵਨਾ ਮੰਨਣ ਦੀ ਹੋਵੇ, ਅਤੇ ਗਾਹਾਂ ਉਹ ਇੰਪਲੀਮੈਂਟ ਤਾਂ ਹੁੰਦੀਆਂ ਨੇ। ਜਿਵੇਂ ਇਹਨੇ ਨਰਮੇ ਦਾ ਮਾਮਲਾ ਜਿਹੜਾ ਖਰਾਬਾ ਹੈ, ਫਸਲਾਂ ਦੀ ਖਰਾਬੀ ਹੈ, ਸਾਡੀ ਮੰਗ ਰਹੀ ਹੈ, ਉਹਦੇ 'ਚ 40 ਕਰੋੜ 80 ਲੱਖ ਰੁਪਈਆ ਜਿਹੜਾ ਨਰਮੇ ਦਾ ਮਾਮਲਾ ਸਰਕਾਰ ਨੇ ਬੰਨਣਾ, ਉਹਦੇ 26 ਕਰੋੜ ਹੀ ਵੰਡਿਆ, ਅਜੇ ਬਾਕੀ ਖੜ੍ਹਾ। ਜਿਹੜੇ ਮਜ਼ਦੂਰਾਂ ਨੂੰ ਇੱਕ ਧੇਲਾ ਵੀ ਨਹੀਂ ਦਿੱਤਾ। ਇਸ ਕਰਕੇ ਉਹ ਜਿਹੜੀਆਂ ਮੰਗਾਂ ਸਾਡੀਆਂ ਸਟੈਂਡ ਕਰਦੀਆਂ ਨੇ, ਉਹਨਾਂ ਮੰਗਾਂ 'ਤੇ ਅਸੀਂ ਲਾਇਆ ਧਰਨਾ। ਸਾਡੇ 'ਤੇ ਬਹੁਤ ਜ਼ੋਰ ਲਾਇਆ ਮੀਟਿੰਗ ਖਤਮ ਹੋਣ ਤੋਂ ਬਾਅਦ, ਜਦੋਂ ਮੁੱਖ ਮੰਤਰੀ ਨੇ ਸਾਰੀਆਂ ਗੱਲਾਂ 'ਚ ਯੈਸ ਕਰਤੀ, ਜਿਹੜੀ ਸਾਡੀ ਖੇਤੀਬਾੜੀ ਮੰਤਰੀ ਨੇ ਕਿਹਾ ਵੀ ਤੁਸੀਂ ਧਰਨਾ ਤਾਂ ਜੀ ਹੁਣ ਵਾਪਸ ਲੈ ਲਓ। ਜਿਹੜੀ ਅਸੀਂ ਉਹਨਾਂ ਨੂੰ ਇਹ ਜਵਾਬ ਦਿੱਤਾ ਵੀ ਇਹਨਾਂ ਗੱਲਾਂ ਦਾ ਜਿਹੜੀਆਂ ਪਈਆਂ ਹੋਈਆਂ ਗੱਲਾਂ ਨੇ, ਉਹ ਜਿੰਨਾ ਚਿਰ ਹੱਥ 'ਚ ਨਹੀਂ ਆਉਂਦੀਆਂ ਅਸੀਂ ਰੁਕਣ ਕੀ ਵੱਧ ਕੀ ਆਖਾਂਗੇ ਵੀ ਕੀ ਲੈ ਕੇ ਆ ਗਏ, ਚਾਹ ਪੀ ਕੇ ਆ ਗਏ, ਭਰੋਸਾ ਕਰਕੇ ਆ ਗਏ। ਬੇਸ਼ੱਕ ਚੱਲ ਐਂ ਕਹਿੰਦੇ ਵੀ ਸਾਡੇ 'ਤੇ ਬੇਵਿਸ਼ਵਾਸੀ ਹੈ, ਬੇਵਿਸ਼ਵਾਸੀ ਤੁਹਾਡੇ 'ਤੇ ਨਹੀਂ, ਤੁਹਾਡੇ ਅਮਲੇ ਫੈਲੇ 'ਤੇ, ਤੁਹਾਡੀ ਰਾਜ ਮਸ਼ੀਨਰੀ 'ਤੇ ਬੇਵਿਸ਼ਵਾਸੀ ਹੈ, ਤੁਹਾਡੇ ਕਹੇ ਹੋਏ ਹੁਕਮ ਹੇਠਾਂ ਲਾਗੂ ਹੀ ਨਹੀਂ ਹੁੰਦੇ। ਆਹ ਹੁਣ ਮਾਈਨ ਦਾ ਸਾਡੇ ਨਾਲ ਕਿਹਾ ਵੀ ਕਿਸਾਨ ਕਿਸੇ ਕਿਸਾਨ ਦੀ ਮਿੱਟੀ ਖੇਤ 'ਚੋਂ ਚੱਕੂਗਾ ਅਤੇ ਕੋਈ ਪਰਚਾ ਦਰਜ ਨਹੀਂ, ਇਹ ਤਾਂ ਜਾ ਕੇ ਘੇਰ ਚਲੇ ਗਏ ਕੱਲ੍ਹ ਉਹਨੂੰ। ਹੁਣ ਉਹ ਇੱਕ ਦਿਨ ਪਹਿਲਾਂ ਵੀ ਗੱਲ ਕਹੀ ਹੋਈ ਹੈ ਅਤੇ ਦੂਜੇ ਦਿਨ ਉਹ ਘੇਰ ਚਲੇ ਗਏ। ਯਾਨੀ ਇਸ ਕਰਕੇ ਉਹਦੀ ਸੰਬੰਧ 'ਚ ਅਸੀਂ ਇਹ ਮੋਰਚਾ ਲਾਇਆ ਹੈ, ਇਹ ਮੋਰਚਾ ਅਣ ਮੁੱਤੇ ਚੱਲੇ ਨਾ, ਅਤੇ ਜਿੰਨਾ ਚਿਰ ਇਹ ਸਾਡੀ ਫਸਲੀ ਨਹੀਂ ਇਹ ਮੋਰਚਾ। ਦੇਖੋ ਪਤਾ ਹੈ, ਸੁਣੋ, ਅਪ੍ਰੈਲ 'ਚ ਮੀਟਿੰਗ ਹੋਈ ਹੈ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਨਰਮੇ ਦੇ ਮਾਮਲੇ 'ਤੇ। ਅਸੀਂ ਤਾਂ ਮੈਨੂੰ ਲੱਗਦਾ ਵੀ ਜਦੋਂ ਦੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ ਨੇ, 8 ਮਹੀਨੇ ਦੇ ਲੇਟ ਜਿਹੜੇ ਹੋਣ ਵਾਲਾ ਉਹਨਾਂ ਨੂੰ, ਅਸੀਂ ਤਾਂ ਧਰਨਾ ਹੀ ਪਹਿਲਾਂ ਲਾਇਆ। ਅਜੇ ਤੱਕ ਦੱਸਦੇ ਮੁੱਖ ਮੰਤਰੀ ਸਾਹਿਬ ਕਦੇ ਉਹਨਾਂ ਦੇ ਕੋਠੀ ਜਾਂ ਕਿਤੇ ਜਗ੍ਹਾ ਧਰਨਾ ਲਿਆ, ਸਾਡੇ ਧਰਨੇ 'ਚ ਤਾਂ ਅਸੀਂ ਤਾਂ ਦੇਖ, ਅਸੀਂ ਤਾਂ ਜਿਹੜੀ ਵੱਡੀ ਗਿਣਤੀ 'ਚ ਲੋਕਾਂ ਨੇ ਉਹਨੂੰ ਜਿਤਾਇਆ, ਅਸੀਂ ਤਾਂ ਇਸ ਗੱਲ ਨੂੰ ਧਿਆਨ 'ਚ ਰੱਖਿਆ ਵੀ ਲੋਕ ਕਹਿਣਗੇ ਯਾਰ ਤੁਸੀਂ ਸਮਾਂ ਨਹੀਂ ਦਿੰਦੇ, ਅਸੀਂ ਤਾਂ ਬਹੁਤ ਸਮਾਂ ਦਿੱਤਾ। ਅਸੀਂ ਤਾਂ ਜਦੋਂ ਸਮਾਂ ਪੂਰਾ ਹੋ ਗਿਆ ਉਹਨਾਂ ਦਾ, ਜਿਸ ਸਮਾਂ ਪੂਰਾ ਦੇ ਤਾ ਉਹਨਾਂ ਨੂੰ, ਉਸ ਤੋਂ ਬਾਅਦ ਜਿਹੜਾ ਕੀਤਾ ਹੋਇਆ ਵਾਅਦਾ ਸੀ ਸਾਡੇ ਨਾਲ ਮੀਟਿੰਗ ਦੇ ਵਿੱਚ ਕੀਤਾ ਹੋਇਆ ਵਾਅਦਾ, ਉਹ ਵੀ ਨਾ ਪੂਰਾ ਹੋਇਆ। 26 ਕਰੋੜ ਜਿਹੜਾ ਵੰਡਿਆ ਨਰਮੇ ਦਾ, ਯਾਨੀ 15 ਕਰੋੜ 80 ਲੱਖ ਰੁਪਈਆ ਰਹਿੰਦਾ ਉਹਦੇ 'ਚੋਂ, ਉਹ ਵੀ ਧਰਨੇ ਵਿਚਾਰੇ ਲਾ ਕੇ ਕਰਿਆ। ਇਸ ਕਰਕੇ ਅਸੀਂ ਸਮਝਦੇ ਹਾਂ ਵੀ ਇਹ ਰਾਜ ਮਸ਼ੀਨਰੀ ਹੈ ਜਿਹੜੀ, ਇਹ ਸਰਕਾਰ ਦੀ ਜਿਹੜੀ ਇਹਦੇ ਹੁਕਮ ਨੇ ਉਹਨਾਂ ਨੂੰ ਜਿਹੜੀ ਪੂਰੀ ਸੋਰੀ ਲਾਗੂ ਨਹੀਂ ਕਰਦੀ। ਇਹ ਮੁੱਖ ਮੰਤਰੀ ਸਾਹਿਬ ਦਾ ਕੰਮ ਹੈ ਵੀ ਉਹ ਇਹਦੇ ਕੰਮ ਲੰਮਾਰ ਅਤੇ ਇਹਨੂੰ ਸੀਰੀਅਸਲੀ ਲੈ ਕੇ ਲਾਗੂ ਕਰ। ਸਾਨੂੰ ਕੀ ਸ਼ੌਕ ਹੈ ਧਰਨੇ ਲਾਉਣ ਦਾ, ਅੱਜ ਦਾ ਸਾਨੂੰ ਲਿਖੀ ਹੱਥ 'ਚ ਬੁਲਾ ਦੇਣ ਸਾਰੀਆਂ ਮੰਗਾਂ ਅਸੀਂ ਕਰਨ ਵਾਲੇ। ਬਾਬਾ ਯਾਮੀਨ ਬੰਗਾਲੀ ਗੋਲਡ ਮੈਡਲਿਸਟ, ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ ਵਟਸਐਪ 'ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁੱਠਕਰਨੀ ਦੇ ਮਾਹਿਰ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਦਬੰਦ, ਜਾਦੂ ਟੋਣਾ, ਮਣਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ, ਮੁਹੱਬਤ, ਬਾਬਾ ਯਾਮੀਨ ਬੰਗਾਲੀ, 96435-0321।